ਭਾਵੇਂ ਪੰਜਾਬ 'ਚ 100% ਡਰੱਗ ਹੋਵੇ ਬਟ ਲੈਟਸ ਨੋਟ ਗਲੋਰੀਫਾਈ ਇਟ ਟੂ ਦਾ ਵਰਲਡ। ਜਦੋਂ ਤੁਹਾਡੇ ਘਰ 'ਚ ਬਿਮਾਰੀ ਹੁੰਦੀ ਹੈ ਕਦੀ ਤੁਸੀਂ ਰੌਲਾ ਨਹੀਂ ਪਾਉਂਦੇ ਕਿ ਯਾਰ ਸਾਡੇ ਬਾਪੂ ਨੂੰ ਕੈਂਸਰ ਹੋ ਗਿਆ, ਸਾਡੀ ਮਾਂ ਨੂੰ ਇਹ ਹੋ ਗਿਆ, ਤੁਸੀਂ ਉਹਦੀ ਦਵਾਈ ਲੱਭਦੇ ਹੋ ਚੁੱਪ ਚੁਪੀ ਤੇ ਉਹਦਾ ਇਲਾਜ ਕਰਦੇ ਹੋ। ਪਰ ਅੱਜ ਦੇ ਗੀਤਾਂ ਵਿੱਚ ਅਸੀਂ ਨਸ਼ੇ ਨੂੰ ਸਿਰਫ ਗਲੋਰੀਫਾਈ ਉਹਦਾ ਪ੍ਰਚਾਰ ਹੀ ਨਹੀਂ ਕਰ ਰਹੇ ਬਲਕਿ ਇਹ ਕਹਿ ਰਹੇ ਹਾਂ ਕਿ ਚਿੱਟਾ ਪੀਣਾ, ਅਫੀਮ ਖਾਣੀ ਇਹ ਤਾਂ ਬੜੀ ਆਮ ਜਿਹੀ ਗੱਲ ਹੈ। ਜਿਹੜੇ ਵੀ ਡਰੱਗ ਡੀਲਰ ਆ, ਆਈ ਥਿੰਕ ਉਹਨਾਂ ਨੂੰ ਆਪਣੀ 50% ਇਨਕਮ ਸਾਡੇ ਪੰਜਾਬੀ ਗਾਇਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਕਿਉਂਕਿ ਡੀਲਰਾਂ ਨੂੰ ਤਾਂ ਬਸ ਨਸ਼ੇ ਦਾ ਜੁਗਾੜ ਕਰਨਾ ਪੈਂਦਾ, ਪ੍ਰਮੋਸ਼ਨ ਐਂਡ ਮਾਰਕੀਟਿੰਗ ਤਾਂ ਸਾਡੇ ਸਿੰਗਰ ਆਪੇ ਕਰ ਦਿੰਦੇ ਆ। ਇਸ ਗੀਤ ਵਿੱਚ ਇੱਕ ਲਾਈਨ ਹੈ ਜਿੱਥੇ ਸਿੱਧਾ ਤੇ ਸਾਫ ਸਾਫ ਕਿਹਾ ਜਾ ਰਿਹਾ ਕਿ ਜੇ ਬੰਦਾ ਲਿਮਿਟ 'ਚ ਕਰੇ ਤਾਂ ਨਸ਼ਾ ਕੋਈ ਵੀ ਹਾਨੀ ਨਹੀਂ ਕਰਦਾ। ਆਓ ਲਿਮਿਟ 'ਚ ਖਾਵੇ ਬੰਦਾ ਜਾਂਦਾ ਨਹੀਂਓ ਜਾਨ ਤੋਂ ਮਾਰਦੀ ਵਟਾਰੇ ਵੱਲੋਂ ਆਉਂਦੀ ਅਫਗਾਨ। ਪਰ ਗੱਲ ਇਹ ਹੈ ਕਿ ਲਿਮਿਟਾਂ ਕਦੋਂ ਕ੍ਰੋਸ ਹੁੰਦੀਆਂ ਬੰਦੇ ਨੂੰ ਆਪ ਵੀ ਪਤਾ ਨਹੀਂ ਚੱਲਦਾ।